ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਨਵਨੀਤ ਕਿਚਨ ਵਲੌਗ ਅਤੇ ਅੱਜ ਅਸੀਂ ਜਿਹੜੀ ਰੈਸਪੀ ਲੈ ਕੇ ਆਏ ਹਾਂ ਉਹ ਹੈਗੀ ਆ ਸ਼ੀਰੇ ਦੀ ਰੈਸਪੀ ਸੀਰਾ ਸ਼ੀਰਾ ਜੋ ਵੀ ਤੁਸੀਂ ਬੋਲਦੇ ਜੇ ਇਹ ਜਿਹੜੀ ਰੈਸਪੀ ਆ ਜਿਹੜੀ ਅਸੀਂ ਸੀਰਾ ਬਣਾਉਣ ਲੱਗੇ ਵੈਸੇ ਤਾਂ ਜਦੋਂ ਕਣਕ ਨਵੀਂ ਆਉਂਦੀ ਆ ਅਤੇ ਜਦੋਂ ਪਹਿਲੀ ਵਾਰ ਜਿਹੜਾ ਕਣਕ ਦਾ ਆਟਾ ਪਿਸਾਉਂਦੇ ਆ ਅਤੇ ਜਿਹੜੇ ਪੰਜਾਬ 'ਚ ਲੋਕਾਂ ਦੇ ਘਰਾਂ 'ਚ ਪਹਿਲਾਂ ਸਭ ਤੋਂ ਪਹਿਲਾਂ ਮਿੱਠੀ ਚੀਜ਼ ਬਣਦੀ ਆ ਅਤੇ ਉਹ ਮਿੱਠੀ ਚੀਜ਼ ਜਿਹੜੀ ਬਣਦੀ ਆ ਜਾਂ ਕੜਾਹ ਪ੍ਰਸ਼ਾਦ ਬਣਦਾ ਆ ਅਤੇ ਜਾਂ ਸੀਰਾ ਬਣਦਾ ਹੁੰਦਾ ਸੇਮ ਇੱਕੋ ਹੀ ਆ ਇੱਕੋ ਚੀਜ਼ ਹੀ ਹੁੰਦੀ ਪਰ ਥੋੜ੍ਹਾ ਜਿਹਾ ਫਰਕ ਹੁੰਦਾ ਆ ਸੋ ਅੱਜ ਵੀ ਅਸੀਂ ਵੀ ਜਿਹੜਾ ਆ ਆਟਾ ਨਵੀਂ ਕਣਕ ਦੇ ਆਟੇ ਤੋਂ ਬਣਾਉਣ ਲੱਗੇ ਹਾਂ ਜੀ ਸੀਰਾ ਅਤੇ ਚਲੋ ਤੁਹਾਨੂੰ ਵੀ ਦੱਸਦੇ ਹਾਂ ਕਿ ਅਸੀਂ ਸੀਰਾ ਕਿਸ ਤਰ੍ਹਾਂ ਬਣਾਉਂਦੇ ਹਾਂ ਅਤੇ ਬਾਕੀ ਜਿਹੜੇ ਮੇਰੇ ਚੈਨਲ 'ਤੇ ਜਿਨ੍ਹਾਂ ਨੇ ਚੈਨਲ ਮੇਰਾ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗਦੀ ਤੁਹਾਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਅਤੇ ਬਾਕੀ ਜਿਹੜਾ ਹੈ ਬੈੱਲ ਆਈਕਾਨ ਪ੍ਰੈਸ ਜ਼ਰੂਰ ਕਰ ਲਿਓ ਤਾਂ ਜੋ ਮੇਰੀਆਂ ਵੀਡੀਓਜ਼ ਦੇ ਤੁਹਾਨੂੰ ਨੋਟੀਫਿਕੇਸ਼ਨ ਆਉਂਦੇ ਰਹਿਣ ਅਤੇ ਚਲੋ ਜੀ ਆ ਜਾਓ ਬਣਾਉਂਦੇ ਹਾਂ ਫਿਰ ਸ਼ੀਰਾ ਲਓ ਜੀ ਸ਼ੀਰਾ ਬਣਾਉਣ ਵਾਸਤੇ ਅਸੀਂ ਲਿਆ ਜੀ ਇੱਕ ਕੌਲੀ ਕਣਕ ਦਾ ਆਟਾ ਅਤੇ ਇੱਕ ਕੌਲੀ ਅਸੀਂ ਲਈ ਆ ਖੰਡ ਅਤੇ ਪਾਣੀ ਲਿਆ ਅਸੀਂ 3 ਕੌਲੀਆਂ ਸੋ ਜਿਸ ਤਰ੍ਹਾਂ ਆਪਾਂ ਕੜਾਹ ਪ੍ਰਸ਼ਾਦ ਬਣਾਉਂਦੇ ਹਾਂ ਉਹਦੇ ਲਈ ਸਾਨੂੰ ਜਿਹੜਾ ਬਰਾਬਰ ਹੀ ਚਾਹੀਦਾ ਹੁੰਦਾ ਆ ਅਤੇ ਪਾਣੀ ਜਿਹੜਾ 2 ਕੌਲੀਆਂ ਚਾਹੀਦੀਆਂ ਹੁੰਦੀਆਂ ਪਰ ਸ਼ੀਰੇ ਵਾਸਤੇ ਜਿਹੜਾ ਆ ਪਾਣੀ ਵੱਧ ਚਾਹੀਦਾ ਹੁੰਦਾ ਆ ਸੋ ਇੱਧਰ ਅਸੀਂ ਕੜਾਹੀ ਰੱਖ ਲਈ ਹੈ ਗੈਸ 'ਤੇ ਦੁਪਹਿਰ ਦਾ ਟਾਈਮ ਸੀ ਅਤੇ ਬੱਚੇ ਕਹਿੰਦੇ ਵੀ ਸੀ ਕੁਛ ਖਾਣਾ ਅਤੇ ਮੈਂ ਕਿਹਾ ਚਲੋ ਆਪਾਂ ਨਾਲੇ ਨਵੇਂ ਆਟੇ ਦਾ ਬਣਾ ਲੈਂਦੇ ਹਾਂ ਨਾਲੇ ਰੈਸਪੀ ਬਣ ਜਾਏਗੀ ਨਾਲੇ ਤੁਸੀਂ ਖਾ ਲਿਓ ਵੈਸੇ ਵੀ ਜਿਹੜਾ ਹੋਰ ਫਾਸਟ ਫੂਡ ਖਾਣ ਨਾਲੋਂ ਜਿਹੜਾ ਦੇਸੀ ਖਾਣਾ ਉਹ ਵਧੀਆ ਹੁੰਦਾ ਆ ਇਹ ਦੇਸੀ ਖਾਣੇ 'ਚ ਹੀ ਆਉਂਦਾ ਆ ਪੰਜਾਬੀਆਂ ਦੇ 'ਚ ਦੇਸੀ ਘਿਓ ਇੱਕ ਕੌਲੀ ਦੇਸੀ ਘਿਓ ਇੱਕ ਕੌਲੀ ਕਣਕ ਦਾ ਆਟਾ ਅਤੇ ਇੱਕ ਕੌਲੀ ਖੰਡ ਅਤੇ 3 ਕੌਲੀਆਂ ਅਸੀਂ ਜਿਹੜੀਆਂ ਪਾਣੀ ਦੀਆਂ ਲਈਆਂ ਮੈਂ ਦੁਬਾਰਾ ਦੱਸ ਦਿੰਦੀ ਇੱਕ ਕੌਲੀ ਦੇਸੀ ਘਿਓ ਇੱਕ ਕੌਲੀ ਕਣਕ ਦਾ ਆਟਾ ਇੱਕ ਕੌਲੀ ਖੰਡ ਅਤੇ 3 ਕੌਲੀਆਂ ਜਿਹੜੀਆਂ ਪਾਣੀ ਦੀਆਂ ਅਤੇ ਆਹ ਅਸੀਂ ਇਸ ਤਰ੍ਹਾਂ ਰੱਖਿਆ ਆ ਤੁਸੀਂ ਇਹ ਨਾ ਸਮਝੋ ਸ਼ਾਇਦ ਸਾਰੇ ਪਾ ਦੇਣਾ ਇੱਕ ਕੌਲੀ ਪਾਉਣੀ ਆ ਅਸੀਂ ਸੋ ਇੱਧਰ ਅਸੀਂ ਹੁਣ ਇਹ ਕੜਾਹੀ ਰੱਖ ਲਈ ਇਹਦੇ 'ਚ ਪਾਵਾਂਗੇ ਇੱਕ ਕੌਲੀ ਘਿਓ ਘਿਓ ਗਰਮ ਹੋਣ 'ਤੇ ਅਸੀਂ ਇਹਦੇ 'ਚ ਆਟਾ ਐਡ ਕਰ ਦਾਂਗੇ ਲਓ ਜੀ ਹੁਣ ਆਟਾ ਅਸੀਂ ਜਿਸ ਤਰ੍ਹਾਂ ਕੜਾਹ ਪ੍ਰਸ਼ਾਦ ਬਣਾਉਂਦੇ ਹਾਂ ਉਹਦੇ ਵਿੱਚ ਜਿਹੜਾ ਆਟਾ ਅਸੀਂ ਚੰਗੀ ਤਰ੍ਹਾਂ ਭੁੰਨ ਲਾਂਗੇ ਪਹਿਲਾਂ ਬਸ ਇਹਨੂੰ ਹਿਲਾਉਂਦੇ ਰਹੋ ਕਿਉਂਕਿ ਜਿਹੜਾ ਫਿਰ ਇਹ ਸੜ ਜਾਂਦਾ ਕਈ ਵਾਰ ਆਟਾ ਬਾਕੀ ਇਹ ਕਿ ਹੈਲਦੀ ਵੀ ਆ ਤੁਸੀਂ ਕਹਿ ਦੇਖ ਸਕਦੇ ਜੇ ਕਿ ਆਟਾ ਹੋ ਗਿਆ ਦੇਸੀ ਘਿਓ ਹੋ ਗਿਆ ਬਾਹਰ ਦਾ ਫੂਡ ਖਾਣ ਨਾਲੋਂ ਤੁਸੀਂ ਘਰ ਜਿਹੜਾ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਜੇ ਹੋ ਸਕਦਾ ਤੁਹਾਡੇ ਬੱਚੇ ਨਾ ਖਾਂਦੇ ਹੋਣ ਪਰ ਸਾਡੇ ਬੱਚੇ ਜਿਹੜੇ ਖਾ ਲੈਂਦੇ ਆ ਉਹਨਾਂ ਨੂੰ ਬਹੁਤ ਪਸੰਦ ਆ ਸੀਰਾ ਸੀਰਾ ਹੋ ਗਿਆ ਕੜਾਹ ਪ੍ਰਸ਼ਾਦ ਹੋ ਗਿਆ ਕੜਾਹ ਪਸੰਦ ਆਉਂਦਾ ਜਦੋਂ ਇਹ ਥੋੜ੍ਹਾ ਪੱਕ ਗਿਆ ਆਟਾ ਇਹਦੇ 'ਚੋਂ ਇੱਕ ਭੁੱਜਣ ਦੀ ਜਿਹੜੀ ਆਪਣੀ ਫਰੈਗਰੈਂਸ ਹੁੰਦੀ ਉਹ ਆਉਣ ਲੱਗ ਪੈਣੀ ਆ ਅਤੇ ਇਹਨੇ ਜਿਹੜਾ ਘਿਓ ਵੀ ਛੱਡ ਦੇਣਾ ਦੇਖ ਸਕਦੇ ਜੀ ਇਹਨੇ ਜਿਹੜਾ ਆ ਘਿਓ ਛੱਡਣਾ ਸ਼ੁਰੂ ਕਰਤਾ ਆ ਅਤੇ ਇਹਦੇ 'ਚੋਂ ਭੁੱਜਣ ਦੀ ਫਰੈਗਰੈਂਸ ਵੀ ਆਉਣ ਲੱਗ ਪਈ ਆ ਕਲਰ ਵੀ ਚੇਂਜ ਹੋ ਗਿਆ ਬਰਾਊਨ ਸ਼ੇਡ ਹੋ ਗਈ ਆ ਥੋੜ੍ਹਾ ਜਿਹਾ ਮਿਕਸ ਕਰ ਲਈਏ ਲਓ ਜੀ ਆਟਾ ਸਾਡਾ ਬਿਲਕੁਲ ਪੁੱਜ ਗਿਆ ਅਤੇ ਉਹਨੇ ਘਿਓ ਛੱਡ ਦਿੱਤਾ ਹੁਣ ਅਸੀਂ ਇਹਦੇ 'ਚ ਕਰ ਦਾਂਗੇ ਖੰਡ ਐਡ ਹੁਣ ਥੋੜ੍ਹਾ ਜਿਹਾ ਮਿਕਸ ਕਰਕੇ ਫਿਰ ਅਸੀਂ ਇਹਦੇ ਵਿੱਚ ਜਿਹੜਾ ਪਾਣੀ ਐਡ ਕਰ ਦਿੰਦੇ ਹਾਂ ਹੁਣ ਆਪਾਂ ਥੋੜ੍ਹਾ ਥੋੜ੍ਹਾ ਪਾਣੀ ਐਡ ਕਰਾਂਗੇ ਇਸ ਤਰ੍ਹਾਂ ਪਤਲਾ ਜਿਹਾ ਬਣ ਗਿਆ ਇਹਨੇ ਹੁਣ ਅਸੀਂ ਪਕਾ ਲਾਂਗੇ ਥੋੜ੍ਹੀ ਦੇਰ ਜਿੰਨੀ ਦੇਰ ਤੱਕ ਇਹਨੂੰ ਉਬਾਲਾ ਨਹੀਂ ਆਉਂਦਾ ਲਓ ਜੀ ਇਸ ਤਰ੍ਹਾਂ ਦਾ ਹੁੰਦਾ ਹੈ ਸੀਰਾ ਤੁਸੀਂ ਇਸ ਤੋਂ ਪਤਲਾ ਖਾਣਾ ਤਾਂ ਉਹ ਵੀ ਕਰ ਸਕਦੇ ਜੇ ਕਿਉਂਕਿ ਇਹਨੇ ਠੰਡਾ ਹੋ ਕੇ ਹੋਰ ਵੀ ਜਿਹੜਾ ਆ ਸੰਘਣਾ ਹੋ ਜਾਣਾ ਹੈ ਲਓ ਜੀ ਸਾਡਾ ਸੀਰਾ ਤਿਆਰ ਆ ਹੁਣ ਆਪਾਂ ਕਰਦੇ ਹਾਂ ਸਰਵ ਬੱਚਿਆਂ ਨੂੰ ਲਓ ਜੀ ਹੁਣ ਆਪਾਂ
गैस कर देने बंद क्योंकि रिझना शुरू हो गया, फिर यदि छिट्टा पैदियाँ तो हम अपना सर्व करते हैं। लो जी दसो खा के बच्चा पार्टी किवें दा बनिया। साग बनिया अच्छा, हाँ जी और भी है, कढ़ाई भर के बनाई है मैं, थोड़ा नहीं बनाया, तुम फिक्र ना करो, बहुत सारा बनाया, तुम खाओ जिन्ना खाना रज के खाओ। गर्म नहीं सावल, तुम तो बहुत स्पून भर के खाते पे जी, गर्म नहीं, ठंडा हो गया। लो जी बच्चों बहुत पसंद आया, तुम देख सकते जे सारे बच्चे खा रहे ने सावल, तो पूरे स्पून भर भर के खा रहा। ये किहदा पिया, गुरतेग का, वरुण ने, वरुण अपना लैके चले गया, वो दूसरी शिफ्ट भी ला रहा, वह कहता कि मैं कैमरे सामने नहीं आना। तो बाकी चलो जी तुम यह चीज़ा बच्चों जो घर बना के दो, हैल्दी होंगे बच्चों वास्ते, बच्चे की ग्रोथ वास्ते, क्योंकि देसी घ्यो ना बाद चे खाना नहीं होने, इन्होंने चीज़ों खा सकते हैं, बाद फिर डॉक्टरों ने मना ही करना कि आ ना खाओ वह ना खाओ। सो बच्चों यह चीज़ा घर च बना के देनिया चाहिए। लो जी मिलते हैं फिर आप नैक्सट डे नैक्सट वीडियो नाल। रेसिपी चंगी लगी तो लाइक शेयर कमेंट जरूर करो, चैनल पर पहली बार आए तो चैनल में सबसक्राइब जरूर करो। मिलते हैं नैक्सट डे नैक्सट वीडियो नाल। थैंक यू तुहाडा सारयां दा। गुर वीडियोज़ देखने लई गुरतेग भी आ रहा, आ गया गुरतेग, गुरतेग आ जाओ बच्चे, तुहाडा भी रखिया, आ जाओ बैठो बैठो। गुरतेग भी कहना ये की आ, खा के देखो थोड़ा जहा, खा के देखो थोड़ा जहा। हाँ जी किवें लगा गुरतेग, दसो बच्चे किवें दा लगा तुहानू, टेस्टी? लो जी सारे बच्चों पसंद आया, और मैं तो पहलों भी बनाउनी आ, घर भी अज तो नानके पिंड बने, वैसे मैं घर भी बनाउनी आ, तो घर भी वरुण सावल बहुत ही पसंद करते हैं।